ਇੱਥੋਂ ਸ਼ੁਰੂ ਕਰਦੇ ਜੂਮ ਹੀ ਵਾਲੀ ਹੋਈ ਕਰੀ ਦਿਖਾ ਦਿਆ ਨੈਟਫਲਿਕਸ ਓਹ ਜੇਬ ਚ ਪਾ ਲਿਆ हाँ जी सत श्री अकाल की हाल चाल वेलकम बैक टू माई चैनल गाइस होप करना सारे ठीक ठाक होवोंगे असी भी पूरे घंटा तो अज थोनू अज का ब्लॉग पता चल ही गया होना टाइटल के सामने देख लिया होना तुम तो अज है नगर कीर्तन का ब्लॉग गुरुपुरब करके गुरु नानक देव जी के नगर कीर्तन निकल रहे गुरुद्वार चो तो फाइनली फिर असी चलते हैं नगर कीर्तन से पहला तो मैं जाना नहीं सीगा मेरे नाल दे दोस्त मित्र मैं बड़ा कहते तू ही है तो फिर मैं क्या चलो चलते हैं तो फाइनली फिर असी चलते वैसे अभी जाके आ गए हैं मैं स्टार्टिंग लेट कर लगा अभी वापस भी आ गए हैं टाइम वेखो स्टार्टिंग ते एंडिंग कट्ठी करता हूं मैं ज़्यादातर सुबह टाइम है नहीं सी मैं जल्दी जल्दी निकल गया पहले मैं पता नहीं ब्लॉगिंग करनी कि नहीं उत्थे जाके कहते कि सारे ने कर ला शूट फिर मैं क्या चल कर लेने तो इस करके मैं स्टार्टिंग एंडिंग हूँ कट्ठी कर लगा जो घर वापस आया तो वेख के दसो किमें लग्या जो वधिया लगे तो लाइक कमेंट जरूर कर दो यार तो थले रैड कलर का बटन आता उन्होंने नपो यार बेल आइकन दबा दो तो आओ अगे वेखो किमें लगता थोड़ा ब्लॉग इतों शुरू कर दे क्या है इन्होंने कुछ हैलो नहीं तू कह इधर तू कह एवं फोटो नहीं ब्लॉग एक वो आ गया आवे दूजी लेके आया साला ओ चाह भी हैगी ओए चाह की अपन करन देखी कप दा कॉफी वाला सजना हौली पी यार ओहो करदा काम ओही वीडियो बन गई कोई ना खाई चलो पूरे आज पटाके पाने आपा अरमान पोर्ट्रेट खिंचने में आप आ जाना सेल्फी नहीं की है लाइटर अच्छा भाई अंदर जाना कोई ना ओ लाइटर एक लेना अंकल डब्बा केड़ा चक लिया यार ਡੱਬਾ ਵੀ ਕਿੱਡਾ ਚੱਕ ਲਿਆ ਅੱਛਾ ਅੱਛਾ ਜੂਮ ਕਰ ਰਹੇ ਨੇ ਜਿਹੜੇ ਬਾਹਰ ਹੋ ਜੇ ਭਰਾ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਚੱਲ ਸੇਮ ਹੀ ਯਾਰ ਸਾਰੇ ਹਾਂ ਬਸ ਸਹੀ ਆ ਸਾਰੇ ਰੰਗ ਨੀਲਾ ਘੈਂਟਾ ਨੀਲਾ ਰੰਗ ਚੱਕ ਲੈ ਦੇਖ ਹੱਥ ਕਿਵੇਂ ਬਰੇ ਮਰਿਆ ਨਹੀਂ ਰੰਗ ਨੀਲਾ ਘੈਂਟ ਸਾਰਿਆਂ ਨੂੰ ਵੱਖਰਾ ਆਇਆ ਸੀਗਾ ਨਾ ਚੱਲ ਬਸ ਚੱਲੀ ਜਾਂਦਾ ਉਹੀ ਨਹੀਂ ਦੇਖਦਾ ਤੈਨੂੰ ਓਏ ਓਏ ਚੱਕਿਆ ਹੈਲੋ ਚੱਕਿਆ ਕੁਛ ਕਿ ਨਹੀਂ ਚੱਕਿਆ ਚੱਕਿਆ ਜਾ ਭਰਾਵਾ ਨਹੀਂ ਚੱਕਿਆ ਤਾਂ ਪਤਾ ਵੀ ਨਹੀਂ ਲੱਗਣਾ ਹੈ ਹੁਣ ਕੀ ਫਾਇਦਾ ਉਹਨੇ ਕਹਿਣਾ ਹੁਣ ਕੀ ਲੈਣਾ ਹੈ ਅੰਦਰ ਤੁਹਾਡਾ ਪੈਕਟ ਪਤਾ ਨਹੀਂ ਕੀ ਚੱਕਣ ਦੇ ਗਏ ਸੀ ਪਹਿਲੇ ਪੈਪਸ ਆ ਤੂੰ ਆਜੂ ਬੰਬ ਲੈ ਲੈ ਬਈ ਲੈ ਓਏ ਤਿੱਖੇ ਆ ਯਾਰ ਜਿਹੜੇ ਬੰਬ ਤਿੱਖੇ ਨੇ ਉਹ ਬਾਹਲੇ ਪੈੜੇ ਲੱਗਦੇ ਯਾਰ ਪਰ ਉਹੀ ਬਣਾ ਸੈਟ ਆ ਸੈਟ ਆ चंगा अंदरों तो देखता पे आपा वीडियो बनाई इन्हें बारे नहीं पता लगता सड़का ला के आयो बड़ी बनाई कहाँ चलते बंक मार के आया तू बना हूँ बना भूपिंदर आप कदों का ला भूल गया था जी मेन चीज बनी उधर बना नहीं गया बाबा प्रशाद मिल सकता आ पहले नंबर चलता प्रशाद ਇਹਨੇ ਬਿਸਕੁਟ ਵੀ ਤਿੰਨ ਲਏ ਯਾਰ ਦੂਜੀ ਵਾਰੀ ਥੱਲੇ ਕਾ ਤਾਂ ਛੁੱਟੀ ਜਾਂਦੇ ਯਾਰ ਚੱਲੀਏ ਕੰਨ ਬੰਦ ਕਰਤੇ ਵੀਰੇ ਇਹ ਗਰਾਸੀ ਦੀ ਗੱਲ ਹੈ 200 ਕਾਂਟੀ ਦੀ ਗੱਲ ਹੈ ਇੱਧਰ ਮੇਰੇ ਇੱਧਰ ਆ ਜਾਓ ਇੱਧਰ ਬੱਲੇ
ਗੱਲ ਹੈ ਪਰੇ ਕਰ ਡਰ ਹੋ ਜਾਣਾ ਉਹਦੇ ਦੀ ਮੇਰੀ ਇੱਕ ਵਾਰੀ ਫੋਟੋ ਆਈ ਮੈਂ ਤੁਹਾਡੀ ਦਿਖਾਈ ਹਾਂ ਹਾਂ ਪੈਨਸ਼ੀ ਮੈਂ ਕਿ ਉਹਦੇ ਦੀ ਮੇਰੀ ਇੱਕ ਵਾਰੀ ਵੀ ਨਹੀਂ ਫੋਟੋ ਆਈ ਇਹਨਾਂ ਨੂੰ ਕੀ ਦਿਖਾਈ ਜਾਂਦਾ ਮੈਂ ਵਿੱਚ ਭੜਾਕੇ ਚੱਲੀ ਜਾਂਦੇ ਯਾਰ ਦੇਖਦੇ ਆ ਦੇਖਦੇ ਆ ਵਿੱਚ ਜੀ ਨਹੀਂ ਕਰਦਾ ਬਾਲੀ ਕੰਨ ਖਾਈ ਜਾਂਦੇ ਯਾਰ ਕੀ ਦੱਸੀਏ ਤੇ ਦੋ ਮਿੰਟ ਵੀਡੀਓ ਦੇਖ ਲਈ ਚੱਲਦੀ ਚੱਲਦੀ ਹੈ ਮੈਂ ਕਿਹਾ ਬੰਦ ਚ ਭਕਾਈ ਮਾਰੀ ਜਾਂਦੇ ਆਪਾਂ ਕਿਤੇ ਹੋਰ ਨਾ ਲੰਘੀਏ ਬਾਲੀ ਅੱਗੇ ਲੰਘ ਗਿਆ ਇਹ ਵਲੌਗਿੰਗ ਦੇ ਚਾਰ ਚਾਰ ਅੱਗੇ ਆ ਗਏ ਦੇਖ ਲਈ ਯਾਰ ਇੱਕ ਵਾਰੀ ਪਿੱਛੇ ਪਟਾਕੇ ਯਾਰ ਪਤਾ ਨਹੀਂ ਸਾਡੀ ਆਵਾਜ਼ ਆਉਂਦੀ ਹੈ ਕਿ ਨਹੀਂ ਪਰ ਕੋਈ ਨਾ ਦੇਖੀ ਚੱਲੋ ਤੂੰ ਚਲਾਇਆ ਸੀ ਪਰੇ ਹੋ ਜਾਓ ਤੈਨੂੰ ਆਵਾਜ਼ ਆਈ ਹੈ ਦੋ ਤਿੰਨ ਕਿਧਰੋਂ ਆਈ ਹੈ ਉਧਰ ਹੀ ਆਈ ਗਲੀ ਬੰਦ ਸੀਗੀ ਤਾਂ ਵਧੀਆ ਜੀ ਗੈਸ ਤਾਂ ਪਈ ਨਹੀਂ ਦੁਬਾਰਾ ਬੰਦ ਨਹੀਂ ਪਈ ਗੱਲ ਚੱਲ 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 ਓ ਸ਼ਕਤੀਮਾਨ ਬਣੀ ਸ਼ਕਤੀਮਾਨ ਇੱਕ ਵਾਰੀ ਘਰ ਵੇਖੋ ਸੱਚੀ ਗਲੋਬਲ ਵਾਲੇ ਦਾ ਮੈਂ ਕਹੀ ਦਿੰਦਾ ਫੋਟੋ ਖਿੱਚ ਯਾਰ ਉਹਨੂੰ ਕਹਿ ਦੇਖੋ ਯਾਰ ਚੈੱਕ ਕਰੋ ਆਹੋ ਕਿਹੜਾ ਪਤਾ ਲੱਗਦਾ ਪਿੱਛੇ ਬਹਿ ਕਿਹੜਾ ਦੇਖਿਓ ਕਿਵੇਂ ਲੱਗਦਾ ਘਰ ਇੱਕ ਸੈੱਟ ਮੈਂ ਕੱਢਤਾ ਯਾਰ ਕਦੀ ਫਿਰ ਚੈੱਕ ਕਰੋ ਫੋਟੋ ਨਹੀਂ ਯਾਰ ਇਹ 'ਚ ਵਧੀਆ ਹੋਣੀ ਵੀਡੀਓ ਬਣਦੀ ਪਈ ਹੈ ਹੋਰ ਭਰਾਵਾ ਆਪਣੇ ਲਈ ਨਾ ਹੁਣ ਉਹੀ ਰੱਖੇ ਹੁਣ ਉਹਨਾਂ ਨੇ ਚਾਹ ਤਾਂ ਤੂੰ ਪਾਈ ਆ ਮੇਰੀ ਤਾਂ ਆਹੀ ਸੀਗੀ ਪਹਿਲਾਂ ਆ ਜਾਓ ਪਿੱਛੇ ਕਿਹੜਾ ਸਮੋਸੇ ਵਾਲਾ ਇੱਕ ਇੱਕ ਚੱਕਣਾ ਸਾਰਿਆਂ ਨੇ ਸਮੋਸੇ ਖੜ ਜਾ ਹੁਣ ਕਿੱਧਰ ਨੂੰ ਮੁੜ ਚੱਲਾ ਹੋਰ ਹਰਮਨ ਵੇਖੀ ਹਰਮਨ ਵੇਖੀ ਹਰਮਨ ਹਰਮਨ ਵੇਖੀ ਕੀ ਕਰੀਏ ਟੈਨਸ਼ਨ ਨਾ ਲਓ ਮਿਲਣ ਕੇ ਹੈ ਗੁਲਾਬ ਜਾਮਣ ਹੋਈ ਆ ਲਓ ਬਈ ਕੀ ਹੋ ਗਿਆ ਯਾਰ ਹਰਮਨ ਵੇਖ ਤੂੰ ਹਰਮਨ ਵੇਖ ਯਾਰ ਹਰਮਨ ਵੇਖੀ ਹਰਮਨ ਯਾਰ ਹਰਮਨ ਵੇਖ ਹਰਮਨ ਹਰਮਨ ਜੇਬ ਚ ਪਾ ਲਿਆ ਦਿਖਾਈ ਦਿਖਾਈ ਹਰਮਨ ਜੇਬ ਚ ਜੇਬ ਚ ਪਾ ਲਿਆ ਜੇਬ ਚ ਦਿਖੀ ਜਾਂਦਾ ਆਹੋ ਤੇਰੀ ਗੁਲਾਬ ਜਾਮਨ ਤਾਂ ਨੀ ਪਈ
ਮੈਂ ਕਿਹਾ ਗੱਡਾ ਲੱਗਾ ਕਿਤੇ ਹਾਏ ਹਾਏ ਸਟਾਰਟਿੰਗ ਹੈ ਵੀਰੇ ਸਟਾਰਟਿੰਗ ਹੈ ਸਟਾਰਟਿੰਗ ਹੈ ਵੀਰੇ ਇੱਕ ਵਾਰੀ ਦਿਖਾ ਦਿਆ ਨੈਟਫਲਿਕਸ ਮੈਂ ਪਹਿਲਾਂ ਹੀ ਦੋ ਲੈ ਗਿਆ 10 ਯਾਰ पालक च बंब पा पालक चटनी बन गए चटनी बन गई चटनी बन गई ला लो मुने प्लीज ब्लॉग में ले लो अच्छा आ गली बाले नहीं चलते पे सारे पूरा खतरनाक काम था ਵਧੀਆ ਵਧੀਆ ਹੁੰਦੀ ਹੈ ਵੈਸੇ ਫੋਟੋ ਮੇਰੀ ਓ ਯਾਰ ਅੱਧੇ ਘੰਟੇ ਦੀ ਤੇਰੀ ਵੀਡੀਓ ਬਣ ਗਈ ਆ ਚਲਾਇਆ ਇੱਕ ਵਾਰ ਵੀ ਲੈ ਇੱਧਰੋਂ ਨਹੀਂ ਦਿਖਣੀ ਰਹਿਣ ਦੋ ਬਾਅਦ 'ਚ ਦਿਖੂਗੀ ਇੱਧਰੋਂ ਦਾ ਠੀਕ ਆ ਬਾਬਾ ਬਾਈ ਹੁਣ ਇੱਥੇ ਨਗਰ ਕੀਰਤਨ ਮੁੱਕ ਗਿਆ ਸਟਾਰਟਿੰਗ ਕੀਤੀ ਨਹੀਂ ਹਜੇ ਐਂਡਿੰਗ ਪਹਿਲਾਂ ਹੀ ਕਰਤੀ ਹਾਂਜੀ ਫਿਰ ਕਿਵੇਂ ਲੱਗਿਆ ਵਲੌਗ ਜੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਕੋਲ ਸਬਸਕ੍ਰਾਈਬ ਇਹੋ ਜਿਹੇ ਹੋਰ ਨਵੇਂ ਵਲੌਗਸ ਦੇਖਣ ਲਈ ਟਿਲ ਦੈਨ ਟੇਕ ਕੇਅਰ ਬਾਏ ਬਾਏ